ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦੇ ਕਤਲ ਮਾਮਲੇ ਤੇ ਹਰਿਆਣਾ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ। ਇਨੈਲੋ ਨੇ ਇਲਜ਼ਾਮ ਲਗਾਇਆ ਕਿ ਵਾਰ-ਵਾਰ ਸੁਰੱਖਿਆ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਨਫੇ ਸਿੰਘ ਨੂੰ ਸੁਰੱਖਿਆ ਨਹੀਂ ਦਿੱਤੀ ਗਈ, ਜਿਸ ਕਾਰਨ ਹਮਲਾਵਰ ਹਮਲਾ ਕਰਨ ਵਿੱਚ ਕਾਮਯਾਬ ਰਹੇ। ਦੂਜੇ ਪਾਸੇ ਹੁਣ ਇਸ ਪੂਰੇ ਹਮਲੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। CCTV ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿ ਹਮਲਾਵਰ ਨਫੇ ਸਿੰਘ ਰਾਠੀ ਦੀ ਗੱਡੀ ਦਾ ਪਿੱਛਾ ਕਰ ਰਹੇ ਨੇ। ਦੱਸਿਆ ਜਾ ਰਿਹਾ ਕਿ I-20 ਕਾਰ ਵਿੱਚ ਹਮਲਾਵਰ ਸਵਾਰ ਸੀ, ਜਿਨ੍ਹਾਂ ਨੇ ਪਹਿਲਾਂ ਹੀ ਨਫੇ ਸਿੰਘ ਰਾਠੀ ਦੀ ਰੇਕੀ ਕੀਤੀ ਹੋਈ ਸੀ। ਜਦੋਂ ਇਹ ਬਰਾਹੀ ਗੇਟ ਦੇ ਨੇੜੇ ਪਹੁੰਚੇ ਤਾਂ ਇਸੇ ਦੌਰਾਨ ਹਮਲਾਵਰਾਂ ਨੇ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ। 40 ਤੋਂ 50 ਗੋਲੀਆਂ ਨਫੇ ਸਿੰਘ ਰਾਠੀ ਦੀ ਗੱਡੀ 'ਤੇ ਚਲਾਈਆਂ, ਜਿਸ ਦੌਰਾਨ ਨਫੇ ਸਿੰਘ ਰਾਠੀ ਅਤੇ ਉਹਨਾਂ ਦੇ ਇੱਕ ਹੋਰ ਸਾਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਸੁਰੱਖਿਆ ਕਰਮੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਬੀਤੇ ਰੋਜ਼ ਦੇਰ ਸ਼ਾਮੀ ਇਹ ਹਮਲਾ ਹੋਇਆ। ਇਸ ਤੋਂ ਬਾਅਦ ਹਰਿਆਣਾ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਦੂਜੇ ਪਾਸੇ ਹਮਲਾਵਰਾਂ ਦੀ CCTV ਫੁਟੇਜ ਸਾਹਮਣੇ ਆਈ ਹੈ। ਇਹ ਮਾਮਲਾ ਬਿਲਕੁਲ ਉਸੇ ਤਰ੍ਹਾਂ ਜਾਪ ਰਿਹਾ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ। ਉਸ ਮਾਮਲੇ ਵਿੱਚ ਵੀ ਸਿੱਧੂ ਮੂਸੇਵਾਲਾ 'ਤੇ ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ ਸੀ, 40 ਤੋਂ 50 ਗੋਲੀਆਂ ਚਲਾਈਆਂ ਗਈਆਂ ਸੀ। ਉਸੇ ਤਰੀਕੇ ਨਾਲ ਨਫੇ ਸਿੰਘ ਰਾਠੀ 'ਤੇ ਵੀ ਗੋਲੀਆਂ ਚਲਾਈਆਂ ਗਈਆਂ ਨੇ। ਇਸ ਘਟਨਾ ਦੀ CCTV ਫੁਟੇਜ ਵਿੱਚ ਜਿਹੜੇ ਹਮਲਾਵਰ ਨਜ਼ਰ ਆ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਦਿਖ ਰਹੀਆਂ ਨੇ, ਨਾਲ ਹੀ ਉਹਨਾਂ ਦੀ ਗੱਡੀ I-10 ਗੱਡੀ ਵਿੱਚ ਇਹ ਸਵਾਰ ਹੋ ਕੇ ਪਹੁੰਚੇ ਸੀ, ਜਿਹੜੇ ਨਫੇ ਸਿੰਘ ਰਾਠੀ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਨਫੇ ਸਿੰਘ ਰਾਠੀ ਕਤਲ ਮਾਮਲੇ ਵਿੱਚ ਹਰਿਆਣਾ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ। ਇਸ ਮਾਮਲੇ ਵਿੱਚ ਹਮਲਾਵਰਾਂ ਦੀ CCTV ਫੁਟੇਜ ਸਾਹਮਣੇ ਆਈ ਹੈ। ਫਿਲਹਾਲ ਖਬਰ ਤੋਂ ਜ਼ਿਆਦਾ ਜਾਣਕਾਰੀ ਲਈ ਹਰਪ੍ਰੀਤ ਸਾਡੇ ਨਾਲ ਜੁੜ ਚੁੱਕੇ ਨੇ। ਹਰਪ੍ਰੀਤ, ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ, ਕਰੀਬ ਕਰੀਬ ਉਸੇ ਤਰੀਕੇ ਨਾਲ ਨਫੇ ਸਿੰਘ ਰਾਠੀ ਕਤਲ ਮਾਮਲੇ ਨੂੰ ਵੀ ਅੰਜਾਮ ਦਿੱਤਾ ਗਿਆ। ਬਿਲਕੁਲ ਜੀ, ਜੇਕਰ ਹਮਲੇ ਦੀ ਗੱਲ ਕਰੀਏ ਤਾਂ ਪੂਰਾ ਪਲੈਨਿੰਗ ਨਾਲ ਇਹ ਹਮਲਾ ਕੀਤਾ ਗਿਆ ਹੈ, ਤੇ ਜਿਸ ਤਰ੍ਹਾਂ ਵੀ ਕਿ ਮੂਸੇਵਾਲਾ ਦੀ ਗੱਡੀ ਦੇ ਉੱਤੇ ਤਾਬੜਤੋੜ ਗੋਲੀਆਂ ਵਰਸਾਈਆਂ ਗਈਆਂ ਸੀ, ਉਸੇ ਤਰ੍ਹਾਂ ਨਫੇ ਸਿੰਘ ਰਾਠੀ ਦੀ ਜਿਹੜੀ ਗੱਡੀ ਘੇਰ ਕੇ ਉਹਦੇ ਉੱਤੇ ਘੱਟੋ ਘੱਟ 40 ਤੋਂ 50 ਜਿਹੜੇ ਰਾਊਂਡ ਨੇ ਉਹ ਫਾਇਰ ਕੀਤੇ ਗਏ ਨੇ, ਜਿਹਦੇ ਵਿੱਚ ਨਫੇ ਸਿੰਘ ਰਾਠੀ ਜਿਹੜੇ ਨੇ ਉਹ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ FIR ਜਿਹੜੀ ਹੈ ਉਹ ਦਰਜ ਕਰ ਦਿੱਤੀ ਗਈ ਹੈ, ਤੇ ਦੱਸਿਆ ਜਾ ਰਿਹਾ ਕਿ ਬਹਾਦਰਗੜ੍ਹ ਦੇ ਲਾਈਨ ਪਾਰ ਦਾ ਜਿਹੜਾ ਥਾਣਾ ਉੱਥੇ 37 ਨੰਬਰ FIR ਜਿਹੜੀ ਹੈ ਉਹ ਦਰਜ ਕੀਤੀ ਗਈ ਹੈ, ਤੇ IPC ਦੀ ਜਿਹੜੀ 302, 307 ਤੇ ਵੱਖ ਵੱਖ ਧਾਰਾਵਾਂ ਜਿਹੜੀ ਆਮ ਸੈਕਟ ਨੂੰ ਜੋੜ ਕੇ ਉਹ ਲਾਈਆਂ ਗਈਆਂ ਨੇ, ਤੇ ਜਿਹੜੀ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਉਹਦੇ ਅਨੁਸਾਰ ਜਿਹੜੇ ਨੇ ਜਿਹੜਾ ਗੱਡੀ ਚਲਾ ਰਿਹਾ ਸੀਗਾ ਰਾਕੇਸ਼ ਉਰਫ ਸੰਜੇ ਉਹਦਾ ਨਾਂ ਦੱਸਿਆ ਜਾ ਰਿਹਾ, ਉਹਦੀ ਜਾਨ ਇਸ ਮਾਮਲੇ ਦੇ ਵਿੱਚ ਹਲੇ ਬਚੀ ਹੈ, ਉਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ, ਤੇ ਕਈ ਜਿਹੜੇ ਵੱਡੇ ਨਾਮ ਨੇ ਉਹ ਇਹਦੇ ਸਾਹਮਣੇ ਆ ਰਹੇ ਨੇ। ਇੱਕ ਪੂਰਵ ਮੰਤਰੀ ਮਾਂਗੇ ਰਾਮ ਰਾਠੀ ਨੇ ਉਹਨਾਂ ਦੇ ਬੇਟੇ ਦਾ ਸਤੀਸ਼ ਰਾਠੀ ਦਾ ਵੀ ਨਾਂ ਸਾਹਮਣੇ ਆਇਆ, ਉਹਨਾਂ ਦੇ FIR ਦਰਜ ਕੀਤੀ ਗਈ ਹੈ। ਉਹਨਾਂ ਦੇ ਨਾਲ ਨਾਲ ਪੂਰਵ ਚੇਅਰਮੈਨ ਚੇਅਰਪਰਸਨ ਜਿਹੜੇ ਸਰੋਜ ਰਾਠੀ ਦੇ ਪਤੀ ਨੇ ਰਮੇਸ਼ ਰਾਠੀ, ਤਾਂ ਕਈ ਹੁਣ ਕਹਿ ਸਕਦੇ ਕਿ ਹਾਈ ਪ੍ਰੋਫਾਈਲ ਮਾਮਲਾ ਹੁਣ ਬਣਦਾ ਜਾ ਰਿਹਾ, ਤੇ ਜਿਹੜੀ ਸਾਨੂੰ ਜਿਸ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਹੈ ਕਿ ਇੱਕ ਪੁਰਾਣਾ ਜਿਹੜਾ ਜ਼ਮੀਨੀ ਵਿਵਾਦ ਦਾ ਮਾਮਲਾ ਜਿਹੜਾ ਹੈ ਨਫੇ ਸਿੰਘ ਰਾਠੀ ਤੇ ਪੂਰਵ ਮੰਤਰੀ ਜਿਹੜੇ ਮਾਂਗੇ ਰਾਮ ਰਾਠੀ ਸੀਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਚੱਲਿਆ ਆ ਰਿਹਾ ਸੀਗਾ, ਉਹਨੂੰ ਲੈ ਕੇ ਹੀ ਪਹਿਲਾਂ ਵੀ ਕਾਫੀ ਜਿਹੜੀ ਇਹਨਾਂ ਦੇ ਵਿੱਚ ਲਾਗਡਾਟ ਜਿਹੜੀ ਹੈ ਉਹ ਰਹਿ ਚੁੱਕੀ ਸੀ, ਤੇ ਹੁਣ ਇਹ ਰੰਜਿਸ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਨਫੇ ਸਿੰਘ ਰਾਠੀ ਨੂੰ ਜਿਹੜੀ ਭਾਰੀ ਪਈ ਹੈ, ਤੇ ਕੱਲ ਬਦਮਾਸ਼ਾਂ ਨੇ ਘੇਰ ਕੇ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਤੇ ਇੱਕ I-10 ਜਿਹੜੀ ਗੱਡੀ ਹੈ ਉਹ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਕਿ ਕਿਵੇਂ ਫੋਰਚੂਨਰ ਦੇ ਪਿੱਛੇ ਉਹ ਜਾਂਦੀ ਹੋਈ ਨਜ਼ਰ ਆ ਰਹੀ ਹੈ, ਤੇ ਜਦੋਂ ਫਾਟਕ ਬੰਦ ਸੀਗਾ ਦੱਸਿਆ ਜਾ ਰਿਹਾ ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਨਫੇ ਸਿੰਘ ਰਾਠੀ ਨੂੰ ਮਿਲਣ ਲਈ ਇਹਨਾਂ ਨੇ ਇਸ਼ਾਰਾ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤੇ ਜਿੱਦਾਂ ਹੀ ਉਹਨਾਂ ਨੇ ਸ਼ੀਸ਼ਾ ਖੋਲਿਆ ਤਾਂ ਗੱਡੀ ਤੇ ਜਿਹੜੀ ਗੋਲੀਆਂ ਨੇ ਉਹ ਬਰਸਾ ਦਿੱਤੀਆਂ ਗਈਆਂ ਸੀ। ਜੀ,
ਹਰਪ੍ਰੀਤ, ਇਨੈਲੋ ਆਗੂ ਲਗਾਤਾਰ ਕਹਿ ਰਹੇ ਨੇ ਕਿ ਸੁਰੱਖਿਆ ਦੀ ਮੰਗ ਕਰ ਰਹੇ ਸੀ ਨਫੇ ਸਿੰਘ ਰਾਠੀ, DGP ਨਾਲ ਵੀ ਮੁਲਾਕਾਤ ਕਰ ਚੁੱਕੇ ਸੀ ਨਫੇ ਸਿੰਘ ਰਾਠੀ, CM ਨੂੰ ਵੀ ਮਿਲ ਚੁੱਕੇ ਸੀ, ਗ੍ਰਹਿ ਮੰਤਰੀ ਨੂੰ ਵੀ ਮਿਲ ਚੁੱਕੇ ਸੀ, ਬਾਵਜੂਦ ਇਸ ਦੇ ਉਹਨਾਂ ਦੀ ਮੰਗ ਨੂੰ ਕਿਉਂ ਪੂਰਾ ਨਹੀਂ ਕੀਤਾ ਗਿਆ? ਕਿਉਂ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ ਗਈ? ਕੋਈ ਕਾਰਨ ਸਾਹਮਣੇ ਆਇਆ ਜਾਂ ਇਹਨਾਂ ਅਧਿਕਾਰੀਆਂ ਦਾ, ਪੁਲਿਸ ਅਧਿਕਾਰੀਆਂ ਦਾ ਕੋਈ ਬਿਆਨ ਸਾਹਮਣੇ ਆਇਆ ਇਸ ਮਾਮਲੇ ਵਿੱਚ? ਬਿਲਕੁਲ ਜੀ, ਜੇਕਰ ਹਾਲੇ ਤੱਕ ਗੱਲ ਕਰੀਏ ਤਾਂ ਅਭੈ ਸਿੰਘ ਚੌਟਾਲਾ ਜਿਹੜੇ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਨਫੇ ਸਿੰਘ ਰਾਠੀ ਹਰਿਆਣਾ ਸਰਕਾਰ, DGP ਤੇ ਵੱਖ ਵੱਖ ਜਿਹੜੇ ਲੀਡਰ ਨੇ, ਸਿਕਿਉਰਿਟੀ ਏਜੰਟ ਨੇ, ਉਹਨਾਂ ਨੂੰ ਮਿਲੇ ਸੀਗੇ ਤੇ ਆਪਣੀ ਜਿਹੜੀ ਜਾਨ ਨੂੰ ਖਤਰਾ ਹੈ ਉਹਨਾਂ ਨੇ ਉਹ ਦੱਸਿਆ ਸੀ। ਨਫੇ ਸਿੰਘ ਰਾਠੀ ਦੇ ਬੇਟੇ ਦਾ ਵੀ ਬਿਆਨ ਸਾਹਮਣੇ ਆਇਆ, ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਵਾਰ ਵਾਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਸੀ, ਆਪਣੀ ਜਾਨ ਨੂੰ ਖਤਰਾ ਵੀ ਦੱਸ ਰਹੇ ਸੀ, ਪਰ ਸਰਕਾਰ ਨੇ ਰਾਜਨੀਤੀ ਦੇ ਕਾਰਨ, ਰਾਜਨੀਤੀ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ, ਜਿਹਦਾ ਖਾਮਿਆਜ਼ਾ ਜਿਹੜਾ ਉਹ ਨਫੇ ਸਿੰਘ ਰਾਠੀ ਦੀ ਮੌਤ ਦੇ ਨਾਲ ਪਰਿਵਾਰ ਨੂੰ ਤੇ ਇਨੈਲੋ ਨੂੰ ਭੁਗਤਣਾ ਪਿਆ। ਤੇ ਹੁਣ ਅਭੈ ਸਿੰਘ ਚੌਟਾਲਾ ਜਿਹੜੇ ਨੇ ਉਹਨਾਂ ਨੇ CBI ਜਾਂਚ ਦੀ ਮੰਗ ਵੀ ਕੀਤੀ ਹੈ, ਤੇ ਨਾਲ ਨਾਲ ਜਿਹੜੇ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਸੁਰੱਖਿਆ ਨਾ ਪ੍ਰਦਾਨ ਕਰਕੇ ਜਿਹੜੀ ਰਾਜਨੀਤੀ ਕੀਤੀ ਉਹਦੀ ਵੀ ਨਖੇਤੀ ਉਹ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ। ਬਿਲਕੁਲ ਹਰਪ੍ਰੀਤ, ਵਿਰੋਧੀ ਲਗਾਤਾਰ ਸਰਕਾਰ ਨੂੰ ਘੇਰ ਰਹੇ ਨੇ ਤਾਂ ਦੂਜੇ ਪਾਸੇ ਕਹਿ ਰਹੇ ਨੇ ਕਿ ਸੂਬੇ ਵਿੱਚ ਜੰਗਲ ਰਾਜ ਹੈ, ਕਿਸੇ ਤਰ੍ਹਾਂ ਨਾਲ ਆਮ ਲੋਕੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਜਿਸ ਤਰ੍ਹਾਂ ਦੀ ਇਹ ਵਾਰਦਾਤ ਵਾਪਰੀ ਹੈ। ਬਿਲਕੁਲ ਜੀ, ਜੇਕਰ ਦੇਖੋ ਜੇ ਦੋ ਦੋ ਗਨਮੈਨ ਲੈ ਕੇ ਵੀ ਜਿਹੜੇ MLA ਨੇ, XMLA ਨੇ ਜਾਂ ਵੱਡੀ ਪਾਰਟੀਆਂ ਦੇ ਜਿਹੜੇ ਆਗੂ ਨੇਤਾ ਨੇ, ਜੇ ਉਹ ਵੀ ਸੁਰੱਖਿਅਤ ਨਹੀਂ ਹੈਗੇ ਹਰਿਆਣਾ ਦੇ ਵਿੱਚ, ਤੇ ਆਮ ਜਨ ਕਿੱਦਾਂ ਸਿਕਿਓਰ ਫੀਲ ਕਰ ਸਕਦਾ ਹੈ? ਨਫੇ ਸਿੰਘ ਰਾਠੀ ਜਿਹੜੇ ਨੇ ਉਹ ਇਨੈਲੋ ਦੇ ਸੂਬਾ ਪ੍ਰਧਾਨ ਸੀਗੇ, ਉਹਨਾਂ ਦੇ ਜੇ ਗੱਲ ਕਰੀਏ ਤਾਂ ਇਹੀ ਇਕੱਲਾ ਕਤਲ ਕਾਂਡ ਨਹੀਂ ਹੈਗਾ। ਥੋੜ੍ਹੇ ਦਿਨ ਪਹਿਲਾਂ ਯਮੁਨਾਨਗਰ ਦੇ ਵਿੱਚ ਵੀ ਗੈਂਗਵਾਰ ਸਾਹਮਣੇ ਆਈ ਸੀ ਜਿੱਥੇ ਇੱਕ ਸ਼ੂਟਰ ਨੂੰ ਸਾੜ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਲਗਾਤਾਰ ਹਰਿਆਣੇ ਦੇ ਵਿੱਚ ਇੱਦਾਂ ਦੀ ਜਿਹੜੀ ਘਟਨਾਵਾਂ ਨੇ, ਗੋਲੀ ਕਾਂਡ, ਹੱਤਿਆ ਕਾਂਡ ਇੱਦਾਂ ਦੇ ਸਾਹਮਣੇ ਆ ਰਹੇ ਨੇ, ਤਾਂ ਲਗਾਤਾਰ ਸਵਾਲ ਜਿਹੜੇ ਨੇ ਉਹ ਉੱਠਦੇ ਹੋਏ ਨਜ਼ਰ ਆ ਰਹੇ ਨੇ ਕਾਨੂੰਨ ਵਿਵਸਥਾ ਤੇ। ਤਾਂ ਹੀ ਕਰਕੇ ਜਿਹੜੇ ਵਿਰੋਧੀ ਨੇਤਾ ਨੇ ਉਹ ਜੰਗਲ ਰਾਜ ਨੂੰ ਦੱਸ ਰਹੇ ਨੇ, ਚਾਹੇ ਆਪਾਂ ਕਾਂਗਰਸ ਦੀ ਗੱਲ ਕਰੀਏ, ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਇਨੈਲੋ ਦੀ ਹੀ ਗੱਲ ਕਰੀਏ, ਉਹ ਸਾਰੇ ਹੁਣ ਹਰਿਆਣਾ ਸਰਕਾਰ ਤੇ ਹਮਲਾਵਰ ਹੋਏ ਨਜ਼ਰ ਆ ਰਹੇ ਨੇ। ਸਰਕਾਰ ਨੂੰ ਸਵਾਲ ਦਾ ਜਵਾਬ ਜਿਹੜਾ ਉਹ ਜ਼ਰੂਰ ਦੇਣਾ ਪਏਗਾ ਕਿ ਜਦੋਂ ਵੱਡੇ ਵੱਡੇ ਲੀਡਰ ਜਿਹੜੇ ਗਨਮੈਨ ਲੈ ਕੇ ਨਾਲ ਚੱਲਦੇ ਨੇ, ਉਹੀ ਉਹਨਾਂ ਦੇ ਉਹੀ ਸਿਕਿਓਰ ਨਹੀਂ ਹੈਗੇ, ਉਹਨਾਂ 'ਤੇ ਦਿਨ ਦਿਹਾੜੇ ਜਿਹੜੀ ਗੋਲੀਆਂ ਵਰਸਾ ਦਿੱਤੀਆਂ ਜਾਂਦੀਆਂ ਨੇ, ਤੇ ਆਮ ਜਿਹੜਾ ਬੰਦਾ ਹੈ ਉਹ ਕਿੱਦਾਂ ਖੁਦ ਨੂੰ ਸਿਕਿਓਰ ਫੀਲ ਕਰੇਗਾ? ਜਿਹੜਾ ਆਮ ਘਰਾਣੇ ਦੇ ਲੋਕ ਨੇ ਉਹਨਾਂ 'ਤੇ ਕਿਉਂ ਨਹੀਂ ਹਮਲਾ ਹੋ ਸਕਦਾ? ਜੀ ਹਰਪ੍ਰੀਤ, ਸ਼ੁਕਰੀਆ। ਤਾਂ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਕਤਲ ਮਾਮਲੇ 'ਤੇ ਹਰਿਆਣਾ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ। ਇਨੈਲੋ ਨੇ ਇਲਜ਼ਾਮ ਲਗਾਇਆ ਕਿ ਨਫੇ ਸਿੰਘ ਰਾਠੀ ਨੇ ਮੁੱਖ ਮੰਤਰੀ ਤੋਂ ਲੈ ਕੇ DGP ਤੱਕ ਪਹੁੰਚ ਕੀਤੀ ਸੀ, ਉਹਨਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ, ਪਰ ਉਹਨਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ, ਜਿਸ ਕਾਰਨ ਹਮਲਾਵਰ ਆਪਣੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਰਹੇ। ਤਾਂ ਦੂਜੇ ਪਾਸੇ ਇਹਨਾਂ ਹਮਲਾਵਰਾਂ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਇਹ ਨਫੇ ਸਿੰਘ ਰਾਠੀ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਨਜ਼ਰ ਆਏ ਨੇ, i10 ਕਾਰ ਵਿੱਚ ਇਹ ਗੱਡੀ ਵਿੱਚ ਸਵਾਰ ਸੀ ਅਤੇ ਨਫੇ ਸਿੰਘ ਰਾਠੀ ਦੀ ਗੱਡੀ ਦਾ ਪਿੱਛਾ ਕਰ ਰਹੇ ਸੀ। ਹਮਲਾਵਰਾਂ ਨੇ ਬਿਲਕੁਲ ਉਸੇ ਤਰੀਕੇ ਨਾਲ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ 'ਤੇ ਗੋਲੀਆਂ ਚਲਾਈਆਂ ਸੀ, ਬਿਲਕੁਲ ਉਸੇ ਤਰੀਕੇ ਨਾਲ ਇਸ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਗਿਆ। ਦੂਜੇ ਪਾਸੇ ਇਨੈਲੋ ਨੇ ਇਸ ਘਟਨਾ ਦੀ CBI ਜਾਂਚ ਦੀ ਮੰਗ ਕੀਤੀ ਹੈ। ਇਨੈਲੋ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਭੈ ਚੌਟਾਲਾ ਨੇ ਇਸ ਮਾਮਲੇ 'ਤੇ ਸਰਕਾਰ ਨੂੰ ਘੇਰਦਿਆਂ ਇਸ ਘਟਨਾ ਦੀ CBI ਜਾਂਚ ਦੀ ਮੰਗ ਕੀਤੀ ਹੈ, ਅਤੇ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਸੰਬੰਧਿਤ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੇ ਸੁਰੱਖਿਆ ਦੇਣ ਵਿੱਚ ਕੁਤਾਹੀ ਵਰਤੀ ਹੈ ਉਹਨਾਂ 'ਤੇ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਇਸ ਘਟਨਾ ਦੀ CCTV ਫੁਟੇਜ ਆਉਣ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਹਰ ਪਾਸਿਓਂ ਘਿਰਦੀ ਹੋਈ ਨਜ਼ਰ ਆ ਰਹੀ ਹੈ, ਭਾਵੇਂ ਕਿ ਵਿਰੋਧੀ ਧਿਰ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਇਨੈਲੋ ਹੋਵੇ, ਸਾਰੇ ਮਨੋਹਰ ਲਾਲ ਖੱਟਰ ਸਰਕਾਰ 'ਤੇ ਹਮਲਾਵਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਅਭੈ ਸਿੰਘ ਚੌਟਾਲਾ ਨੇ ਇਸ ਸੰਬੰਧ ਵਿੱਚ ਬਿਆਨ ਦਿੱਤਾ ਹੈ, ਕੀ ਕੁਝ ਕਿਹਾ ਉਹਨਾਂ ਨੇ ਜਾਣ ਲੈਂਦੇ ਹਾਂ। ਸਰਕਾਰ ਕਾ ਕਾਮ ਹੈ, ਜਬ ਉਹਨਾਂ ਨੇ ਲਿਖ ਕਰਕੇ ਦਿਆ ਸਪੀਕਰ,
जब वो एसपी से मिले, जब वो आईजी आपका एडिशनल डीजी जो सीआईडी है उससे मिले, क्या उनकी जिम्मेवारी रिस्पॉन्सिबिलिटी नहीं थी कि वो इस बात की जांच करते हैं, इस बात का पता लगाते हैं? एसपी ने उनको ये कहा, अब तो एसपी हो सकता है क्या बयान दे तुम्हारे सामने, क्या कहे मुझे नहीं पता, लेकिन एसपी ने ये कहा कि जी मैंने तो ऊपर लिख करके भेज दिया, उसकी जानकारी में थी ये बात कि इनकी जान को खतरा है। यहाँ की डिस्ट्रिक्ट, यहाँ जो भद्रगढ़ की पुलिस है, चाहे वो डीएसपी है यहाँ का, चाहे वो यहाँ के एसएचओ हैं, उन सब की जानकारी में ये बात थी कि नफे सिंह की राठी की जान को खतरा है। जब इनको पता था तो फिर इन्होंने अपनी जिम्मेवारी क्यों नहीं निभाई? पोस्टमार्टम एक हफ्ते पहले भी बताते हैं कि जिला पुलिस से संपर्क किया गया सिक्योरिटी लेने के लिए, बारी बारी ये बात दोहराई गई, बारी बारी कहा गया, लेकिन मान के चलो जब दाल काली होगी, जब नियत में खोट होगा, अगर मुख्यमंत्री अगर इस मामले को सीरियसली ले लेता, अगर आईजी सीआईडी इसको सीरियसली लेता, तो आज ये वारदात नहीं होती। और ये मान के चलो ये सरकार की ही जिम्मेवारी बनती है कि आम नागरिक की सुरक्षा करे, और नफे सिंह राठी आम नागरिक नहीं था, ये पता है सब। मैंने बता तो दिया आपको ये बात, ये सारी जिम्मेवारी।